ਇਹ ਛੋਟੇ ਜਿਹੇ ਬੱਚੇ ਦੇ ਹੱਥ ਜੁੜੇ ਨੇ ਕਹਿਣ ਲੱਗਾ ਬਾਬਾ ਜੀ ਕਿਰਪਾ ਕਰੋ ਰੱਬ ਦੇ ਘਰ ਦੀ ਕੋਈ ਗੱਲ ਸੁਣਾਓ ਕਿਰਪਾ ਕਰੋ ਮੌਤ ਦੇ ਭੈ ਤੋਂ ਮੁਕਤ ਕਰ ਦਿਓ ਸਤਿਗੁਰੂ ਕਹਿਣ ਲੱਗੇ ਬਚਪਨ ਵਿੱਚ ਇੰਨੀ ਵੱਡੀ ਗੱਲ ਕੀਤੀ ਹੈ ਪੁੱਤਰ ਇਹ ਸੋਝੀ ਇਹ ਗਿਆਨ ਤੈਨੂੰ ਕਿੱਥੋਂ ਮਿਲਿਆ ਕਹਿਣ ਲੱਗਾ ਬਾਬਾ ਜੀ ਇੱਕ ਦਿਨ ਪਿਤਾ ਜੀ ਦੇ ਨਾਲ ਖੇਤਾਂ ਵਿੱਚ ਗਏ ਸਾਂ ਆਪਣੇ ਖੇਤਾਂ ਨੂੰ ਵੇਖਣ ਫਸਲ ਨੂੰ ਤੇ ਉਸ ਵੇਲੇ ਹਕੂਮਤ ਦੇ ਸਿਪਾਈ ਘੋੜਿਆਂ ਤੇ ਅਸਵਾਰ ਹੋ ਕੇ ਆਏ ਉਹਨਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਵੇਖਦਿਆਂ ਹੋਇਆਂ ਤਿੰਨ ਤਰ੍ਹਾਂ ਦੀ ਫਸਲ ਨੂੰ ਉਜਾੜ ਦਿੱਤਾ ਜਿਹੜੀ ਫਸਲ ਹਾਲੇ ਧਰਤੀ ਵਿੱਚੋਂ ਉੱਗ ਕੇ ਗੇਠ-ਗੇਠ ਬਾਹਰ ਨਿਕਲੀ ਸੀ ਮਹਾਰਾਜ ਉਹਨੂੰ ਘੋੜਿਆਂ ਦੇ ਖੁਰਾਂ ਨਾਲ ਮਿੱਧ ਗੈ ਲਤਾੜ ਕੇ ਚਲੇ ਗਏ ਜਿਹੜੀ ਹਾਲੇ ਅੱਧ ਪੱਕੀ ਸੀ ਤੇ ਉਹਨੂੰ ਘੋੜਿਆਂ ਨੂੰ ਚਰਾ ਕੇ ਤਬਾਹ ਕਰ ਦਿੱਤਾ ਮਹਾਰਾਜ ਜਿਹੜੀ ਪੱਕੀ ਸੀ ਉਹਨੂੰ ਵੱਢ ਕੇ ਪਾਂਡਾ ਬਣ ਕੇ ਉਹ ਲੈ ਗਏ ਪਿਤਾ ਜੀ ਤੇ ਅਸੀਂ ਵੇਖਦੇ ਰਹਿ ਗਏ ਮੈਂ ਪਿਤਾ ਨੂੰ ਆਖਿਆ ਪਿਤਾ ਜੀ ਇਹਨਾਂ ਨੂੰ ਰੋਕਦੇ ਕਿਉਂ ਨਹੀਂ ਸਾਡੀ ਫਸਲ ਉਜਾੜ ਰਹੀ ਨਹੀਂ ਤੇ ਪਿਤਾ ਨੇ ਆਖਿਆ ਸੀ ਪੁੱਤਰਾ ਇਹ ਹਕੂਮਤ ਦੇ ਸਿਪਾਈ ਨੇ ਇਹਨਾਂ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਬਸ ਦਾਤਾ ਉਸੇ ਦਿਨ ਤੋਂ ਮਨ ਨੂੰ ਐਸੀ ਇਹ ਗੱਲ ਪ੍ਰਭਾਵਿਤ ਕਰ ਗਈ ਮਨ ਵਿੱਚ ਆਇਆ ਕਿ ਇਹ ਮਨੁੱਖਾ ਜਨਮ ਵੀ ਤਾਂ ਇੱਕ ਰੱਬ ਦੀ ਫਸਲ ਹੈ ਮੌਤ ਚਾਵੇ ਇਹਨੂੰ ਬਚਪਨ ਵਿੱਚ ਲੈ ਜਾਏ ਮੌਤ ਚਾਵੇ ਇਹਨੂੰ ਜਵਾਨੀ ਵਿੱਚ ਲੈ ਜਾਏ ਤੇ ਬੁਢਾਪੇ ਤੋਂ ਅੱਗੇ ਤਾਂ ਮੌਤ ਮਹਾਰਾਜ ਆਉਣੀ ਹੀ ਆਉਣੀ ਹੈ ਤੇ ਉਸ ਵੇਲੇ ਸਤਿਗੁਰਾਂ ਨੇ ਆਖਿਆ ਸੀ ਪੁੱਤਰਾ ਤੇਰਾ ਨਾਂ ਕੀ ਹੈ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਮੇਰੇ ਮਾਂ ਬਾਪ ਨੇ ਭਾਈ ਬੂੜਾ ਰੱਖਿਆ ਹੈ ਸਤਿਗੁਰਾਂ ਨੇ ਬਾਹ ਤੋਂ ਫੜਿਆ ਸਿਰ ਤੇ ਪਿਆਰ ਦਿੱਤਾ ਤੇ ਆਪਣੀ ਗੋਦ ਵਿੱਚ ਬਿਠਾ ਕੇ ਕਹਿੰਦੇ ਨੇ ਪੁੱਤਰਾ ਤੂੰ ਭਾਈ ਬੂੜਾ ਨਹੀਂ ਤੂੰ ਬਾਬਾ ਬੁੱਢਾ ਹੈ ਕਿਉਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਾਬਾ ਬੁੱਢਾ ਹੈ ਕਿਉਂਕਿ ਬੰਦਾ ਅਕਸਰ ਆਪਣੇ ਜੀਵਨ ਵਿੱਚ ਭੁੱਖ ਦੀ ਗੱਲ ਕਰਦਾ ਤੁਸੀਂ ਬੱਚਿਆਂ ਨੂੰ ਪੁੱਛੋ ਕੀ ਬਣਨਾ ਹੈ ਵੱਡੇ ਹੋ ਕੇ ਉਹ ਕਹਿੰਦਾ ਮੈਂ ਡਾਕਟਰ ਬਣਾਗਾ ਕੋਈ ਕਹਿੰਦਾ ਹੈ ਕਿ ਮੈਂ ਪਾਇਲਟ ਬਣਾਗਾ ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ ਹੈ ਜਦੋਂ ਜਵਾਨਾਂ ਨੂੰ ਪੁੱਛੋ ਉਹ ਕਹਿੰਦੇ ਨੇ ਇੰਨੀ ਕੋ ਮਿਹਨਤ ਕਰ ਲੋ ਕਿ ਆਉਣ ਵਾਲੇ ਸਮੇਂ ਵਿੱਚ ਬੁਢਾਪਾ ਸੌਖਾ ਲੰਘ ਜਾਏ ਤੇ ਕਦੇ ਤੁਸੀਂ ਬਜ਼ੁਰਗਾਂ ਨੂੰ ਵੇਖੋ ਉਹ ਬਜ਼ੁਰਗ ਕਦੇ ਮੌਤ ਦੀ ਗੱਲ ਨਹੀਂ ਕਰਨਗੇ ਕਦੇ ਰੱਬ ਦੇ ਘਰ ਦੀ ਗੱਲ ਨਹੀਂ ਕਰਨਗੇ ਉਹ ਅਕਸਰ ਲੰਘ ਚੁੱਕੇ ਸਮੇਂ ਦੀਆਂ ਗੱਲਾਂ ਜਵਾਨੀ ਦੀਆਂ ਗੱਲਾਂ ਕਰਨਗੇ ਉਹ ਬਚਪਨ ਦੀਆਂ ਗੱਲਾਂ ਕਰਨਗੇ ਬਾਬਾ ਬੁੱਢਿਆ ਜਿਹੜੀ ਗੱਲ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਅੰਤਲੇ ਦਿਨਾਂ ਵਿੱਚ ਆ ਕੇ ਵੀ ਸਮਝ ਨਹੀਂ ਪੈਂਦੀ ਤੂੰ ਉਹ ਗੱਲ ਬਚਪਨ ਵਿੱਚ ਸਮਝ ਲਈਏ ਇਸ ਲਈ ਤੂੰ ਬਾਬਾ ਬੁੱਢਾ ਹੈਂ